ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ। ਮਹਿੰਗਾਈ ਦੀ ਇੱਕ ਵਾਰ ਫੇਰ ਮਾਰ ਪੈ ਚੁੱਕੀ ਹੈ। ਮਹਿੰਗਾਈ ਦੀ ਮਾਰ ਆਮ ਲੋਕਾਂ ਤੇ ਸਭ ਤੋਂ ਵੱਡਾ ਝਟਕਾ ਹੈ। ਤੇ ਇੱਥੇ ਹੀ ਹੁਣ ਜੇ ਗੱਲ ਕਰੀਏ, ਬੀਤੇ ਦਿਨੀ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਕੁਝ ਰੇਟ ਦੇ ਵਿੱਚ ਬਦਲਾਅ ਹੋ ਸਕਦਾ ਹੈ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ। ਤੇ ਇੱਕ ਹੋਰ ਵੱਡਾ ਝਟਕਾ ਲੱਗ ਚੁੱਕਿਆ ਹੈ LPG ਦੇ ਰੇਟ ਨੂੰ ਲੈ ਕੇ। LPG ਦੇ ਰੇਟ ਦੇ ਵਿੱਚ ਕਾਫੀ ਵਾਧਾ ਦੇਖਿਆ ਗਿਆ ਹੈ। ਆਮ ਲੋਕਾਂ ਦੀ ਜੇਬ ਤੇ ਬਹੁਤ ਹੀ ਵੱਡਾ ਇੱਕ ਝਟਕਾ ਜੋ ਦਿੱਤਾ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ 1-2 ਰੁਪਏ ਨਹੀਂ, ਘੱਟੋ ਘੱਟ 25 ਰੁਪਏ ਦਾ ਵਾਧਾ ਦੇਖਿਆ ਗਿਆ ਹੈ LPG ਦੇ ਦਾਮ ਦੇ ਵਿੱਚ। ਜਿਸ ਤੋਂ ਬਾਅਦ ਆਮ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨੇ। ਆਮ ਲੋਕਾਂ ਦੀ ਜੇਬ 'ਤੇ ਬਹੁਤ ਹੀ ਵੱਡੀ ਮਾਰ ਪਈ ਹੈ। ਹੁਣ ਇੱਥੇ ਹੀ ਤੁਹਾਨੂੰ ਜੇ ਰੇਟ ਲਿਸਟ ਦਿਖਾਈਏ ਤੇ ਰੇਟ ਤੁਸੀਂ ਦੇਖੋਗੇ ਉਹ ਜਿਹੜੇ ਨੇ ਆਸਮਾਨ ਛੂੰਦੇ ਹੋਏ ਦਿਖਾਈ ਦੇ ਰਹੇ ਨੇ। ਪਰ ਸਭ ਤੋਂ ਜ਼ਿਆਦਾ ਜਿਹੜਾ ਹੈ ਬੁਰਾ ਹਾਲ ਦੇਖਿਆ ਜਾ ਰਿਹਾ ਹੈ ਦਿੱਲੀ, ਮੁੰਬਈ, ਕਲਕੱਤਾ ਦੇ ਵਿੱਚ। ਇਹਨਾਂ ਥਾਵਾਂ 'ਤੇ ਜ਼ਿਆਦਾ ਬੁਰਾ ਹਾਲ ਹੈਗਾ ਹੈ। ਅਤੇ ਇੱਕ ਵਾਰ ਤੁਹਾਨੂੰ ਰੇਟ ਲਿਸਟ ਦਿਖਾ ਦਿੰਦੇ ਹਾਂ। ਇੱਥੇ ਹੀ ਹੁਣ ਜੇ ਗੱਲ ਕਰਦੇ ਹਾਂ ਆਪਾਂ ਰੇਟ ਦੀ, ਤਾਂ ਪੰਜਾਬ ਦੇ ਵਿੱਚ 930 ਰੁਪਏ ਸਿਲੰਡਰ ਦਾ ਦਾਮ ਹੈ। ਇੱਕ ਉਹੀ ਦਾਮ ਹੈ ਪੰਜਾਬ ਦੇ ਵਿੱਚ, ਜ਼ਿਆਦਾ ਇੱਥੇ ਨਹੀਂ ਦੇਖਿਆ ਗਿਆ ਹੈ, ਮਾਰ ਮਹਿੰਗਾਈ ਦੀ ਨਹੀਂ ਦੇਖੀ ਜਾ ਰਹੀ ਹੈ। ਪਰ ਉੱਥੇ ਹੀ ਜੇ ਆਪਾਂ ਥੱਲੇ ਆਈਏ ਦਿੱਲੀ 'ਤੇ, ਤਾਂ ਦਿੱਲੀ ਦੇ ਵਿੱਚ ਮਹਿੰਗਾਈ ਤੁਸੀਂ ਦੇਖੋਗੇ ਕਾਫੀ ਵਧੀ ਹੋਈ ਦਿਖਾਈ ਦਿੱਤੀ ਹੈ। ਅਤੇ ਸਿਲੰਡਰ ਦਾ ਰੇਟ ਤਾਂ ਇੱਥੇ ਆਸਮਾਨ ਛੂੰਦਾ ਹੋਇਆ ਦਿਖਾਈ ਦੇ ਰਿਹਾ। ਸਿਲੰਡਰ ਦੇ ਰੇਟ ਦੀ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ, ਤਾਂ 1795 ਰੁਪਏ ਦਾ ਇੱਥੇ ਸਿਲੰਡਰ ਹੋ ਚੁੱਕਿਆ, 1795 ਰੁਪਏ ਇਸਦਾ ਦਾਮ ਹੋ ਚੁੱਕਿਆ। ਅਤੇ ਕਾਫੀ ਜ਼ਿਆਦਾ ਹੁਣ ਦਿੱਲੀ ਦੇ ਲੋਕਾਂ ਨੂੰ ਪਰੇਸ਼ਾਨੀ ਆਉਣ ਵਾਲੀ ਹੈ, ਕਾਫੀ ਦਿੱਕਤ ਆ ਸਕਦੀ ਹੈ। ਅਤੇ 25 ਰੁਪਏ ਦਾ ਸਿੱਧਾ ਸਿੱਧਾ ਜੋ ਵਾਧਾ ਕੀਤਾ ਗਿਆ, ਅਤੇ ਆਮ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਹੈ। ਮਹੀਨੇ ਦੀ ਸ਼ੁਰੂਆਤ ਹੈ, ਮਾਰਚ ਦਾ ਮਹੀਨਾ, ਤੇ ਸ਼ੁਰੂਆਤ ਦੇ ਵਿੱਚ ਹੀ ਜੋ ਇਹ 25 ਰੁਪਏ ਦਾ ਵਾਧਾ ਹੋਇਆ ਸਿਲੰਡਰ ਦੇ ਵਿੱਚ, ਉਹ ਕਾਫੀ ਹੈਰਾਨੀਜਨਕ ਹੈ। ਤੇ ਉਸ ਤੋਂ ਥੱਲੇ ਜੇ ਆਉਂਦੇ ਆ ਮੁੰਬਈ 'ਤੇ, ਤਾਂ ਮੁੰਬਈ ਦੇ ਵਿੱਚ 1749 ਰੁਪਏ ਜਿਹੜਾ ਹੈ ਸਿਲੰਡਰ ਦਾ ਦਾਮ ਹੋ ਗਿਆ। ਮੁੰਬਈ ਦੇ ਵਿੱਚ ਵੀ ਜੋ ਸਿੱਧੀ ਮਾਰ ਪਈ ਹੈ ਨਾ ਆਮ ਲੋਕਾਂ ਦੀ ਜੇਬ 'ਤੇ, ਉਹ ਇੱਥੇ ਤੁਸੀਂ ਸਿਲੰਡਰਾਂ ਦੇ ਦਾਮ 'ਤੇ ਹੀ ਦੇਖ ਸਕਦੇ ਹੋ ਕਿ ਆਮ ਲੋਕ ਜਿਹੜੇ ਨੇ ਉਹਨੂੰ ਕਾਫੀ ਜ਼ਿਆਦਾ ਖੱਜਲ ਹੋਣ ਵਾਲੇ ਨੇ, ਕਾਫੀ ਜ਼ਿਆਦਾ ਪਰੇਸ਼ਾਨ ਹੋਣ ਵਾਲੇ ਨੇ। ਅਤੇ ਉੱਥੇ ਹੀ ਹੁਣ ਥੱਲੇ ਜੇ ਆਉਂਦੇ ਹਾਂ ਗ੍ਰਾਫ ਨੂੰ, ਜੇ ਥੱਲੇ ਲੈ ਕੇ ਜਾਈਏ ਕੋਲਕਾਤਾ ਦੇ ਵਿੱਚ, ਤਾਂ ਕੋਲਕਾਤਾ ਦੇ ਵਿੱਚ ਵੀ ਹਾਲਾਤ ਕੁਝ ਸੁਧਰੇ ਹੋਏ ਨਹੀਂ ਹੈਗੇ। 1911 ਰੁਪਏ ਕਲਕੱਤਾ ਦੇ ਵਿੱਚ ਵੀ ਦੇਖਿਆ ਜਾ ਰਿਹਾ ਰੇਟ ਲਿਸਟ ਜਿਹੜੀ ਹੈ। ਕਾਫੀ ਜ਼ਿਆਦਾ ਹਾਲਾਤ ਜਿਹੜੇ ਨੇ ਮਾੜੇ ਨੇ। ਪਰ ਉੱਥੇ ਹੀ ਪੰਜਾਬ ਦੇ ਵਿੱਚ ਜੋ ਇੱਕ ਲੋਕਾਂ ਨੂੰ ਰਾਹਤ ਦੇਖ ਸਕਦੇ ਹਾਂ, ਪੰਜਾਬ ਦੇ ਲੋਕ ਜਿਹੜੇ ਨੇ ਇੱਥੇ ਕਾਫੀ ਜ਼ਿਆਦਾ ਰਾਹਤ ਮਹਿਸੂਸ ਕਰ ਸਕਦੇ ਨੇ। ਇੱਥੇ ਹੀ ਪੰਜਾਬ ਦੇ ਵਿੱਚ ਦਾਮ ਜਿਹੜਾ ਹੈ ਸਿਲੰਡਰ ਦਾ 930 ਰੁਪਏ ਹੈ। ਅਤੇ ਪੰਜਾਬ ਦੇ ਲੋਕਾਂ ਨੂੰ ਇੱਥੇ ਥੋੜ੍ਹੀ ਰਾਹਤ ਮਿਲੀ ਹੈ। ਪਰ ਉੱਥੇ ਹੀ ਦੂਜੇ ਪਾਸੇ ਦੇਖੀਏ ਦਿੱਲੀ, ਮੁੰਬਈ ਅਤੇ ਕਲਕੱਤਾ ਦੇ ਵਿੱਚ ਜਿਹੜੇ ਦਾਮ ਨੇ ਉਹ ਆਸਮਾਨ ਛੂੰਦੇ ਹੋਏ ਦਿਖਾਈ ਦੇ ਰਹੇ ਨੇ। ਹਾਲਾਂਕਿ ਕਲਕੱਤਾ ਦੇ ਵਿੱਚ ਜ਼ਿਆਦਾ ਹਾਲਾਤ ਮਾੜੇ ਦੇਖੇ ਜਾ ਰਹੇ ਨੇ, ਕਿਉਂਕਿ 1911 ਰੁਪਏ ਇੱਥੇ ਸਿਲੰਡਰ ਦਾ ਦਾਮ ਹੋ ਚੁੱਕਿਆ। ਤਾਂ ਲਗਾਤਾਰ ਜਿੱਥੇ ਦੇਖਿਆ ਜਾ ਰਿਹਾ ਸੀ, ਤੁਹਾਨੂੰ ਦੱਸ ਰਹੇ ਸੀ ਕਿ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਪੈ ਸਕਦੀ ਹੈ ਕੁਝ ਚੀਜ਼ਾਂ 'ਤੇ ਬਦਲਾਅ ਆ ਸਕਦੇ ਨੇ। ਅਤੇ ਇਹ ਪਹਿਲਾ ਬਦਲਾਅ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਜੋ ਹੋਇਆ ਕਾਫੀ ਜ਼ਿਆਦਾ ਹੈਰਾਨ ਪਰੇਸ਼ਾਨ ਕਰ ਦੇਣ ਵਾਲਾ, ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ। ਕਿਉਂਕਿ ਸਿਲੰਡਰ ਦੇ ਰੇਟ ਦੀ ਜੇ ਅਸੀਂ ਗੱਲ ਕਰਦੇ ਹਾਂ, ਤਾਂ ਫਰਵਰੀ ਮਹੀਨੇ ਦੇ ਵਿੱਚ ਸਿਲੰਡਰ ਦੇ ਦਾਮ ਜਿਹੜੇ ਨੇ ਉਹੀ ਰੱਖੇ ਗਏ ਸੀ, ਉਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਪਰ ਬੀਤੇ ਦਿਨੀ ਹੀ ਜਿਵੇਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਜਿਹੜਾ ਦਾਮ ਹੈ
ਉਸ ਦੇ ਵਿੱਚ ਕੁਝ ਬਦਲਾਅ ਆ ਸਕਦੇ ਨੇ, ਕੁਝ ਬਦਲਾਅ ਆਏ ਨੇ, ਕੁਝ ਚੇਂਜਸ ਆਏ ਨੇ, ਪਰ ਉਹ ਬਦਲਾਅ 1-2 ਰੁਪਏ ਦਾ ਨਹੀਂ ਆਇਆ। ਉਹ ਬਦਲਾਅ ਆਇਆ ਹੈ ਸਿੱਧਾ ਸਿੱਧਾ 25 ਰੁਪਏ ਦਾ, ਯਾਨੀ ਕਿ ਆਮ ਲੋਕਾਂ ਦੀ ਜੇਬ 'ਚੋਂ ਹੁਣ ਜ਼ਿਆਦਾ ਮਾਰ ਪੈਣ ਵਾਲੀ ਹੈ ਮਹਿੰਗਾਈ ਦੀ। ਆਮ ਲੋਕ ਹੁਣ ਜ਼ਿਆਦਾ ਪਰੇਸ਼ਾਨ ਹੋਣ ਵਾਲੇ ਨੇ, ਉਹਨਾਂ ਨੂੰ ਜ਼ਿਆਦਾ ਖੱਜਲ ਹੋਣਾ ਪਏਗਾ, ਇੰਨੀ ਪਰੇਸ਼ਾਨੀ, ਇੰਨੀਆਂ ਦਿੱਕਤਾਂ ਦਾ ਉਹਨਾਂ ਨੂੰ ਹੁਣ ਸਾਹਮਣਾ ਕਰਨਾ ਪਏਗਾ। ਅਤੇ ਤੁਹਾਨੂੰ ਇੱਕ ਗ੍ਰਾਫ ਦੇ ਜ਼ਰੀਏ ਜਿਹੜਾ ਹੈ ਸਾਰੀ ਜਾਣਕਾਰੀ ਦਿੱਤੀ ਕਿ ਕਿੱਥੇ ਪੰਜਾਬ ਦੇ ਵਿੱਚ, ਮੁੰਬਈ, ਕਲਕੱਤਾ ਅਤੇ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਹੁਣ ਰੇਟ ਰਹਿਣ ਵਾਲੇ ਨੇ, ਅਤੇ ਸਭ ਤੋਂ ਜ਼ਿਆਦਾ ਮਾਰ ਦਿੱਲੀ ਅਤੇ ਕਲਕੱਤੇ ਦੇ ਵਿੱਚ ਦੇਖਣ ਨੂੰ ਮਿਲੀ ਹੈ। ਦਿੱਲੀ ਦੇ ਵਿੱਚ ਵੀ ਜਿਹੜੇ ਰੇਟ ਨੇ ਉਹ ਆਸਮਾਨ ਛੂਹ ਚੁੱਕੇ ਨੇ, ਅਤੇ ਕੋਲਕਾਤਾ ਦੇ ਵਿੱਚ ਵੀ ਜਿਹੜੇ LPG ਸਿਲੰਡਰ ਦੇ ਰੇਟ ਨੇ ਉਹ ਆਸਮਾਨ ਛੁੱਦੇ ਹੋਏ ਦਿਖਾਈ ਦੇ ਰਹੇ ਨੇ, ਕਿਉਂਕਿ ਕਲਕੱਤਾ ਦੇ ਵਿੱਚ 1911 ਰੁਪਏ ਸਿਲੰਡਰ ਦਾ ਜੋ ਦਾਮ ਹੋਇਆ ਅਤੇ ਆਮ ਲੋਕ ਸਿੱਧਾ ਸਿੱਧਾ ਉਹਨਾਂ 'ਤੇ ਬਹੁਤ ਹੀ ਵੱਡਾ, ਉਹਨਾਂ ਦੀ ਜੇਬ 'ਤੇ ਬਹੁਤ ਹੀ ਵੱਡਾ ਝਟਕਾ ਹੈ। ਅਤੇ ਹੁਣ ਇਸ ਨੂੰ ਲੈ ਕੇ ਆਮ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ, ਅਤੇ ਮਹੀਨੇ ਦੀ ਆਉਣ ਵਾਲੇ ਹੋਰ ਦਿਨਾਂ ਦੇ ਵਿੱਚ, ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਕੀ ਹੋਰ ਝਟਕਾ ਲੱਗ ਸਕਦਾ, ਝਟਕਾ ਲੱਗੇਗਾ ਜਾਂ ਫਿਰ ਕੋਈ ਰਾਹਤ ਮਿਲੇਗੀ। ਇਹ ਕਾਫੀ ਹੁਣ ਲੋਕਾਂ ਨੂੰ ਇੰਤਜ਼ਾਰ ਰਹਿਣਾ, ਪਰ ਇਹ LPG ਦੇ ਦਾਮ ਦਾ ਜੋ ਰਸੋਈ ਹਰ ਇੱਕ ਘਰ ਦੀ ਇੱਕ ਬੇਸਿਕ ਨੀਡ ਹੈਗੀ ਹੈ, ਉਹ ਵਧਣ ਦੇ ਨਾਲ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਚੁੱਕੀ ਹੈ, ਲੋਕਾਂ ਨੂੰ ਕਾਫੀ ਦਿੱਕਤਾਂ ਹੋ ਚੁੱਕੀਆਂ ਨੇ। ਹੁਣ ਇਸ ਨੂੰ ਲੈ ਕੇ ਅੱਗੇ ਲੋਕਾਂ ਦੀ ਕੀ ਪ੍ਰਤੀਕਿਰਿਆ ਰਹੇਗੀ, ਕੀ ਅੱਗੇ ਉਹਨਾਂ ਦਾ ਰਹੇਗਾ, ਲਗਾਤਾਰ ਇਸ ਨਾਲ ਜੁੜੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ। ਜਦ ਤੱਕ ਲਈ ਬਣੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।